ਰਿਹਾ ਤੂੰ ਕਿੱਥੇ? ਮੈਂ ਇੱਥੇ ਹੀ ਰਹਿਣਾ ਆਹੋ ਤੇ ਇਕੱਲਾ ਹੀ ਰਹਿਣਾ ਆਹੋ ਇਕੱਲਾ ਹੀ ਰਹਿਣਾ ਹਾਂ ਅਸੀਂ ਵੀ ਇਕੱਲਾ ਹੀ ਰਹਿਣਾ ਆਹ ਫਿਰ ਆ ਜਾ ਐਵੇਂ ਮੂੰਹ ਚੱਕਿਆ ਫਿਰ ਹਾਂ ਜੀ ਆਰਾਮ ਨਾਲ ਬੋਲ ਰਿਹਾ ਜਾਂਦਾ ਬੋਲ ਲਓ ਅੱਗੇ ਕਿੱਥੇ ਰਿਹਾ ਤੂੰ ਕਿੱਥੇ? ਮੈਂ ਇੱਥੇ ਹੀ ਰਹਿਣਾ ਆਹੋ ਤੇ ਇਕੱਲਾ ਹੀ ਰਹਿਣਾ ਆਹੋ ਇਕੱਲਾ ਹੀ ਰਹਿਣਾ ਹਾਂ ਅਸੀਂ ਵੀ ਇਕੱਲਾ ਹੀ ਰਹਿਣਾ ਆਹ ਫਿਰ ਆ ਜਾ ਐਵੇਂ ਮੂੰਹ ਚੱਕਿਆ ਫਿਰ ਕਿਸਾਨਾਂ ਦੇ ਨਾਲ ਬਹਿਸ ਕਰਦਾ ਹੋਇਆ ਇਹ ਸ਼ਖਸ ਆਮ ਆਦਮੀ ਪਾਰਟੀ ਦਾ MLA ਹੈ। ਫਿਰੋਜ਼ਪੁਰ ਤੋਂ ਆਪ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਕਿਸਾਨ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਿਸਤਾਰ ਦੇ ਨਾਲ ਤੁਹਾਨੂੰ ਦੱਸਦੇ ਹਾਂ, ਫਿਰੋਜ਼ਪੁਰ ਸ਼ਹਿਰ ਦੇ ਵਿੱਚ ਕਿਸਾਨ ਅਤੇ ਵਪਾਰੀਆਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀ। ਇਹ ਧਰਨਾ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਦੇ ਖਿਲਾਫ ਅਤੇ ਉਹਨਾਂ ਨੂੰ ਠੱਲ ਪਾਉਣ ਦੇ ਲਈ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਦਿੱਤਾ ਗਿਆ। ਇਸ ਦੌਰਾਨ ਸ਼ਹਿਰ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਵਪਾਰੀਆਂ ਦੇ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਉਸ ਮੌਕੇ ਕਿਸਾਨਾਂ ਨੇ ਵਿਧਾਇਕ ਨੂੰ ਘੇਰਾ ਪਾ ਲਿਆ ਅਤੇ ਕਿਹਾ ਕਿ ਤੁਸੀਂ ਪਹਿਲਾਂ ਕਿੱਥੇ ਸੀ। ਬਸ ਇਹ ਗੱਲ ਸੁਣ ਕੇ ਆਪ ਵਿਧਾਇਕ ਨੂੰ ਗੁੱਸਾ ਆ ਗਿਆ ਅਤੇ ਆਪ ਵਿਧਾਇਕ ਕਿਸਾਨ ਵਿਚਾਲੇ ਤਿੱਖੀ ਬਹਿਸ ਹੋ ਗਈ। ਇੱਕ ਦੂਜੇ ਨੂੰ ਇਕੱਲਿਆਂ ਮਿਲਣ ਦੀ ਵੀ ਗੱਲ ਆਖੀ ਹੈ। ਦੱਸ ਦਈਏ ਕਿ ਕਿਸਾਨਾਂ ਦੇ ਨਾਲ ਆਪ MLA ਦੀ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਫਿਰੋਜ਼ਪੁਰ ਸ਼ਹਿਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰਣਬੀਰ ਸਿੰਘ ਭੁੱਲਰ, ਇਸ ਉੱਪਰ ਤੁਹਾਡਾ ਕੀ ਕਹਿਣਾ? ਆਓ ਪੈਚ ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸਿਓ। ਦੇਖੋ ਜਦੋਂ ਕੋਈ ਐਸਾ ਇਸ਼ੂ ਆਉਂਦਾ ਹੈ, ਸਰਦਾਰ ਸਾਹਿਬ ਆਰਾਮ ਨਾਲ ਬੋਲੋ, ਆਰਾਮ ਨਾਲ ਬੋਲ ਰਹੇ ਹਾਂ। ਹਾਂਜੀ ਤੁਸੀਂ ਆਰਾਮ ਨਾਲ ਬੋਲੋ, ਵਪਾਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂਗਾ, ਆਰਾਮ ਨਾਲ ਬੋਲੋ, ਆਰਾਮ ਨਾਲ ਬੋਲ ਰਹੇ ਹਾਂ। ਹਾਂਜੀ ਆਰਾਮ ਨਾਲ ਬੋਲ ਰਿਹਾ ਜਾਂਦਾ ਬੋਲ ਲਓ। ਅੱਗੇ ਕਿੱਥੇ ਰਿਹਾ ਤੂੰ? ਕਿੱਥੇ? ਮੈਂ ਇੱਥੇ ਹੀ ਰਹਿਣਾ ਆਹੋ ਤੇ ਇਕੱਲਾ ਹੀ ਰਹਿਣਾ ਆਹੋ ਇਕੱਲਾ ਹੀ ਰਹਿਣਾ ਹਾਂ ਅਸੀਂ ਵੀ ਇਕੱਲਾ ਹੀ ਰਹਿਣਾ ਆਹ ਫਿਰ ਆ ਜਾ ਐਵੇਂ ਮੂੰਹ ਚੱਕਿਆ ਫਿਰ ਦੇਖੋ ਜਦੋਂ ਕੋਈ ਐਸਾ ਇਸ਼ੂ ਆਉਂਦਾ ਹੈ ਸਰਦਾਰ ਸਾਹਿਬ ਆਰਾਮ ਨਾਲ ਬੋਲੋ, ਆਰਾਮ ਨਾਲ ਬੋਲ ਰਹੇ ਹਾਂ। ਹਾਂਜੀ ਤੁਸੀਂ ਆਰਾਮ ਨਾਲ ਬੋਲੋ, ਵਪਾਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂਗਾ, ਆਰਾਮ ਨਾਲ ਬੋਲੋ, ਆਰਾਮ ਨਾਲ ਬੋਲ ਰਹੇ ਹਾਂ। ਜੀ ਆਰਾਮ ਨਾਲ ਬੋਲ ਰਿਹਾ ਜਾਂਦਾ ਬੋਲ ਲਓ। ਅੱਗੇ ਕਿੱਥੇ ਰਿਹਾ ਤੂੰ? ਕਿੱਥੇ? ਮੈਂ ਇੱਥੇ ਹੀ ਰਹਿਣਾ ਆਹੋ ਤੇ ਇਕੱਲਾ ਹੀ ਰਹਿਣਾ ਆਹੋ ਇਕੱਲਾ ਹੀ ਰਹਿਣਾ ਹਾਂ ਅਸੀਂ ਵੀ ਇਕੱਲਾ ਹੀ ਰਹਿਣਾ ਆਹ ਫਿਰ ਆ ਜਾ ਐਵੇਂ ਮੂੰਹ ਚੱਕਿਆ ਫਿਰ ਦੇਖੋ ਜਦੋਂ ਕੋਈ ਐਸਾ ਇਸ਼ੂ ਆਉਂਦਾ ਹੈ ਸਰਦਾਰ ਸਾਹਿਬ ਆਰਾਮ ਨਾਲ ਬੋਲੋ, ਆਰਾਮ ਨਾਲ ਬੋਲ ਰਹੇ ਹਾਂ। ਹਾਂਜੀ ਤੁਸੀਂ ਆਰਾਮ ਨਾਲ ਬੋਲੋ, ਵਪਾਰੀਆਂ ਦਾ ਮਸਲਾ ਤੁਹਾਡਾ ਮਸਲਾ ਨਹੀਂਗਾ, ਆਰਾਮ ਨਾਲ ਬੋਲੋ, ਆਰਾਮ ਨਾਲ ਬੋਲ ਰਹੇ ਹਾਂ। ਹਾਂਜੀ ਆਰਾਮ ਨਾਲ ਬੋਲ ਰਿਹਾ ਜਾਂਦਾ ਬੋਲ ਲਓ। ਅੱਗੇ ਕਿੱਥੇ ਰਿਹਾ ਤੂੰ? ਕਿੱਥੇ? ਮੈਂ ਇੱਥੇ ਹੀ ਰਹਿਣਾ ਆਹੋ ਤੇ ਇਕੱਲਾ ਹੀ ਰਹਿਣਾ ਆਹੋ ਇਕੱਲਾ ਹੀ ਰਹਿਣਾ ਹਾਂ ਅਸੀਂ ਵੀ ਇਕੱਲਾ ਹੀ ਰਹਿਣਾ ਆਹ ਫਿਰ ਆ ਜਾ ਐਵੇਂ ਮੂੰਹ ਚੱਕਿਆ ਫਿਰ